ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਚੈਨਲ ਪੰਜਾਬ ਵੈਦਰ ਤੇ ਤੁਹਾਡਾ ਸਭ ਦਾ ਸਵਾਗਤ ਹੈ ਸੋ ਅੱਜ 16 ਅਪ੍ਰੈਲ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹਾਂ ਕਿ ਅੱਜ ਲਗਭਗ 1 ਵਜੇ ਤੋਂ ਲੈ ਕੇ ਆਉਣ ਵਾਲੇ ਕੁਝ ਘੰਟਿਆਂ ਤੱਕ ਪੰਜਾਬ ਦੇ ਕਿਹੜੇ ਕਿਹੜੇ ਇਲਾਕਿਆਂ ਵਿੱਚ ਮੌਸਮ ਜਿਹੜਾ ਵੱਡੀ ਕਰਵਟ ਲੈਣ ਜਾ ਰਿਹਾ ਹੈ ਹਨੇਰੀ ਅਤੇ ਮੀਂਹ ਦੀ ਵਾਰਨਿੰਗ ਜਾਰੀ ਹੋਈ ਹੈ ਸੋ ਗੱਲ ਕਰਾਂਗੇ ਵੀ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਜਿਹੜੀਆਂ ਅਜਿਹੀਆਂ ਗਤੀਵਿਧੀਆਂ ਹੋਣਗੀਆਂ ਸੋ ਪਹਿਲਾਂ ਗੱਲ ਕਰਦੇ ਆਂ ਵੀ ਜਿਹੜੇ ਮੇਨ ਤੌਰ ਤੇ ਇਲਾਕੇ ਇਸ ਬੱਦਲਵਾਈ ਦੇ ਹੇਠ ਆ ਰਹੇ ਨੇ ਉਹਨਾਂ ਸਾਰੇ ਇਲਾਕਿਆਂ ਦੀ ਗੱਲ ਕਰਾਂਗੇ ਤੇ ਉਸ ਤੋਂ ਬਾਅਦ ਕਰਾਂਗੇ ਵੀ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਰੈੱਡ ਅਲਰਟ ਜਾਰੀ ਹੋਇਆ ਹੈ ਸੋ ਸਭ ਤੋਂ ਪਹਿਲਾਂ ਪੰਜਾਬ ਦੇ ਦੱਖਣ ਪੱਛਮੀ ਪਾਸੇ ਜਿਹੜਾ ਇੱਕ ਬੱਦਲਵਾਈ ਐਂਟਰ ਹੋ ਰਹੀ ਹੈ ਜਿਹੜੀ ਕਿ ਫਾਜ਼ਿਲਕਾ ਤੋਂ ਲੈ ਕੇ ਮੁਕਤਸਰ ਸਾਹਿਬ ਬਠਿੰਡਾ ਮਾਨਸਾ ਸੰਗਰੂਰ ਤੇ ਫਰੀਦਕੋਟ ਫਿਰੋਜ਼ਪੁਰ ਮੋਗਾ ਬਰਨਾਲਾ ਤੇ ਕੁਝ ਭਾਗ ਪਟਿਆਲੇ ਤੇ ਲੁਧਿਆਣੇ ਜ਼ਿਲ੍ਹੇ ਦੇ ਹੋਣਗੇ ਇਹਨਾਂ ਹਿੱਸਿਆਂ ਨੂੰ ਪ੍ਰਭਾਵਿਤ ਕਰੇਗੀ ਵੱਡੇ ਪੱਧਰ ਉੱਪਰ 1 ਵਜੇ ਤੋਂ ਲੈ ਕੇ ਆਉਣ ਵਾਲੇ 2 ਤੋਂ ਲੈ ਕੇ 3 ਘੰਟਿਆਂ ਤੱਕ ਅਤੇ ਸ਼ਾਮ ਤੱਕ ਜੇਕਰ ਇਹ ਸਿਸਟਮ ਇਸੇ ਤਰ੍ਹਾਂ ਕਾਇਮ ਰਹਿੰਦਾ ਹੈ ਤਾਂ ਉਸ ਤੋਂ ਬਾਅਦ ਤਰਨਤਾਰਨ ਤੋਂ ਲੈ ਕੇ ਜਲੰਧਰ ਕਪੂਰਥਲਾ ਤੇ ਇਸ ਤੋਂ ਇਲਾਵਾ ਫਤਿਹਗੜ੍ਹ ਤੋਂ ਲੈ ਕੇ ਐਸਬੀਐਸ ਨਗਰ ਚੰਡੀਗੜ੍ਹ ਮੋਹਾਲੀ ਨਾਲ ਲੱਗਦੇ ਇਲਾਕੇ ਤੇ ਅਮਰਤਸਰ ਅਤੇ ਗੁਰਦਾਸਪੁਰ ਦੇ ਇਲਾਕਿਆਂ ਵਿੱਚ ਵੀ ਅੱਜ ਸ਼ਾਮ ਦੇ ਕਰੀਬ ਆਉਂਦੇ ਜਿਹੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਹੁਣ ਗੱਲ ਕਰਦੇ ਆ ਵੀ ਜਿਹੜਾ ਦੁਪਹਿਰ ਦੇ ਵੇਲੇ ਆਉਣ ਵਾਲੇ 2 ਤੋਂ ਲੈ ਕੇ 4 ਘੰਟੇ ਦਾ ਕਿਹੜਾ ਅਲਰਟ ਜਾਰੀ ਹੋਇਆ ਕਿਹੜੇ ਜ਼ਿਲ੍ਹਿਆਂ ਵਿੱਚ ਹੈ ਤਾਂ ਇਸ ਦੇ ਵਿੱਚ ਮੇਨ ਤੌਰ ਤੇ ਮੁਕਤਸਰ ਸਾਹਿਬ ਫਾਜ਼ਿਲਕਾ ਬਠਿੰਡਾ ਮਾਨਸਾ ਸੰਗਰੂਰ ਬਰਨਾਲਾ ਮੋਗਾ ਲੁਧਿਆਣਾ ਅਤੇ ਫਿਰੋਜ਼ਪੁਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅਲਰਟ ਦੇ ਤੌਰ ਤੇ ਮੀਂਹ ਪੈ ਸਕਦਾ ਹੈ ਤੇਜ਼ ਹਨੇਰੀਆਂ ਵਗ ਸਕਦੀਆਂ ਨੇ ਤੇ ਹਨੇਰੀਆਂ ਦੇ ਨਾਲ ਤੇਜ਼ ਸ਼ਰਾਟੇਦਾਰ ਮੀਂਹ ਆ ਕੁਝ ਹਿੱਸਿਆਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਤੇ ਹਨੇਰੀ ਦੀ ਜੇਕਰ ਗੱਲ ਕਰੀ ਤਾਂ 40 ਤੋਂ ਲੈ ਕੇ 60-70 ਕਿਲੋਮੀਟਰ ਦੀਆਂ ਰਫਤਾਰ ਦੀਆਂ ਹਵਾਵਾਂ ਚੱਲ ਸਕਦੀਆਂ ਨੇ 1-2 ਲੱਖਾਂ ਵਿੱਚ ਹੋ ਸਕਦੇ ਹੈ ਕਿ ਕਾਫੀ ਤੇਜ਼ ਹਨੇਰੀ ਵੀ ਵਗ ਸਕਦੀ ਹੈ ਤੇ ਇਸ ਤੋਂ ਬਾਅਦ ਜਿਹੜੀ ਅਗਲੀ ਅਪਡੇਟ ਆਵੇਗੀ ਸ਼ਾਮ ਦੇ ਕਰੀਬ ਉਹ ਆਪਾਂ ਅਗਲੀ ਵੀਡੀਓ ਵਿੱਚ ਲੈ ਕੇ ਫਿਰ ਹਾਜ਼ਰ ਹੋਵਾਂਗੇ ਸੋਦੋਂ ਤੱਕ ਲਈ ਇਜਾਜ਼ਤ ਦਿਓ ਤੇ ਲਗਾਤਾਰ ਮੌਸਮ ਅਪਡੇਟ ਲਈ ਚੈਨਲ ਪੰਜਾਬ ਵੈਦਰ ਨਾਲ ਬਨੇ ਰਹੋ ਧੰਨਵਾਦ ਜੀ